ਆਪਣੇ ਗਲੀ ਮੁਹੱਲੇ ਜਾਂ ਜਿਸ ਏਰੀਆ 'ਚ ਰਹਿੰਦਾ ਕਿਤੇ ਨਾ ਕਿਤੇ ਦੇਖਣ ਨੂੰ ਇਹ ਮਿਲਦੀ ਹੈ ਸਟੋਰੀ ਔਰ ਇਹ ਬੈਲੈਂਸਸ ਆਫ ਰਿਸ਼ਤੇ ਦੀ ਹੈ ਕਹਾਣੀ ਸਮਾਜ ਦੀ ਸਟੋਰੀ ਹੈ ਜਿਹੜੀ ਕਿ ਆਪਣੇ ਸਮਾਜ ਦੇ ਵਿੱਚੋਂ ਵਿਚਰਦੀ ਹੈ ਔਰ ਕਿਤੇ ਨਾ ਕਿਤੇ ਹਰ ਬੰਦੇ ਦੀ ਲਾਈਫ 'ਚ ਕੈਨੇਡਾ ਨਹੀਂ ਹੈ ਪੰਜਾਬ 'ਚ ਵੀ ਇਹੀ ਮਾਂ ਪਿਓ ਜਿਨ੍ਹਾਂ ਨੇ ਪਾਲ ਕੇ ਵੱਡਾ ਕੀਤਾ ਤੁਹਾਨੂੰ ਕੰਮ 'ਤੇ ਭੇਜਿਆ ਜਾਂ ਕੰਮ ਕਰਾਇਆ ਔਰ ਨਵੇਂ ਮੈਂਬਰ ਦੇ ਨਾਲ ਫਿਰ ਉਹ ਕਿਤੇ ਨਾ ਕਿਤੇ ਉਹ ਹਾਵੀ ਹੋਣ ਦੇ ਨਾਲ ਮਾਂ ਪਿਓ ਨੂੰ ਰਿਫਲੈਕਟ ਭੁੱਲ ਜਾਂਦੇ ਹੈਗੇ ਜਾਂ ਬਾਹਰ ਜਾ ਕਿਉਂ ਰਹੇ ਹੈ ਕਿਉਂਕਿ ਇੱਥੇ ਰੁਜ਼ਗਾਰ ਨਹੀਂ ਹੈਗਾ ਇੰਡਸਟਰੀ ਨਹੀਂ ਹੈਗੀ ਅਸੀਂ ਤਾਂ ਪਿੰਡ 'ਚ ਰਹਿ ਕੇ ਗੁਜ਼ਾਰ ਲਿਆ ਸਾਡਾ ਬੱਚਾ ਵੱਡਾ ਹੋ ਕੇ ਮੈਂ ਆਪਣੇ ਆਪ ਆਪਣੇ ਪੈਰਾਂ 'ਤੇ ਖੜਾ ਹੋਵੇ ਬਟ ਆਪਣੇ ਪੰਜਾਬ 'ਚ ਉਨਾ ਰੁਜ਼ਗਾਰ ਨਹੀਂ ਹੈਗਾ ਸਰਵਾਈਵਲ ਔਫ ਫੈਮਲੀ ਔਫ ਬੇਸਿਕ ਸਿਰਫ ਰੋਟੀ ਪਾਣੀ ਮੈਨੇਜ ਕਰ ਸਕਦਾ ਜੇ ਲਾਈਫ 'ਤੇ ਅਦਰ ਸਪੋਰਟਿਵ ਚੀਜ਼ਾਂ ਲੈਣੀਆਂ ਹੈਗੀਆਂ ਕਿਤੇ ਨਾ ਕਿਤੇ ਉਹਨੂੰ ਘਰੋਂ ਬਾਹਰ ਕਦਮ ਪੱਟਣਾ ਪੈਂਦਾ ਲੋਕਾਂ ਦਾ ਚਾਅ ਜਿੱਦਾਂ ਬਾਹਰ ਭੱਜਣ ਦਾ ਬਾਹਰ ਜਾਣ ਦਾ ਹੈਗਾ ਹੁਣ ਮਾਂ ਪਿਓ ਦਾ ਵੀ ਹੈਗਾ ਲਾਈਫ ਉੱਥੇ ਕੁਆਲਿਟੀ ਲਾਈਫ ਹੈ ਇੱਥੇ ਨਾਲੋਂ ਹਰ ਚੀਜ਼ ਦੇ ਵਿੱਚ ਚਾਹੇ ਐਗਰੀਕਲਚਰ ਲੈ ਲਓ ਚਾਹੇ ਜੋਬ 'ਚ ਲੈ ਲਓ ਚਾਹੇ ਬਿਜ਼ਨਸ 'ਚ ਲੈ ਲਓ ਚਾਹੇ ਉਹ 5-7 ਲੱਖ ਦੀ ਦੁਕਾਨ ਵੀ ਪਾਊਗਾ ਤੇ ਕੰਪੀਟੀਸ਼ਨਸ ਬਹੁਤ ਆ ਆਪਣੇ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਕਿਤੇ ਨਾ ਕਿਤੇ ਮੈਨੂੰ ਇੱਦਾਂ ਲੱਗਦਾ 27 ਅਕਤੂਬਰ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਆ ਰਹੀ ਹੈ ਫਿਲਮ ਸਰਦਾਰ ਐਂਡ ਸੰਸ ਉਹ ਫਿਲਮ ਦੇ ਡਿਸਟ੍ਰੀਬਿਊਟਰ ਵਿਵੇਕ ਕੋਰੀ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਫਿਲਮ ਦੇ ਰਿਗਾਰਡਿੰਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਹਾਡਾ ਕੀ ਹਾਲ ਹੈ ਬਹੁਤ ਹੀ ਵਧੀਆ ਤੇ ਸਰਦਾਰ ਐਂਡ ਸੰਸ ਦੇ ਵਾਸਤੇ ਕੀ ਕਹੋਗੇ ਕਿੰਨੀ ਸਕਰੀਨਸ ਤੇ ਰਿਲੀਜ਼ ਹੋਣੀ ਹੈ ਤੇ ਕਿੱਥੇ ਕਿੱਥੇ ਰਿਲੀਜ਼ ਹੋਵੇਗੀ ਸਰਦਾਰ ਐਂਡ ਸੰਸ ਅਪਰੋਕਸੀਮੇਟਲੀ 125 ਥੀਏਟਰ ਦੇ ਵਿੱਚ ਰਿਲੀਜ਼ ਹੋਣਗੀ ਔਰ ਪੰਜਾਬ ਵੀ ਹੋ ਗਈ ਦਿੱਲੀ ਵੀ ਹੋ ਗਈ ਕੈਨੇਡਾ ਵੀ ਹੋ ਰਹੀ ਆ ਹੋਰ ਕੰਟਰੀਸ ਵੀ ਹੋ ਰਹੀ ਹੈਗੀ ਆ ਅਤੇ ਬਹੁਤ ਰਿਐਲਿਟੀ ਦੇ ਨੇੜੇ ਫਿਲਮ ਬਣੀ ਹੈ ਸਮਾਜ ਦੀ ਸਟੋਰੀ ਹੈ ਜਿਹੜੀ ਕਿ ਆਪਣੇ ਸਮਾਜ ਦੇ ਵਿੱਚੋਂ ਵਿਚਰਦੀ ਹੈ ਔਰ ਕਿਤੇ ਨਾ ਕਿਤੇ ਹਰ ਬੰਦੇ ਦੀ ਲਾਈਫ 'ਚ ਕੈਨੇਡਾ ਨਹੀਂ ਹੈ ਪੰਜਾਬ 'ਚ ਵੀ ਇਹੀ ਇਹੀ ਲਾਈਫ ਦਾ ਅਗਰ ਜੇ ਆਪਣੇ ਨੇੜੇ ਤੇੜੇ ਦੇਖੋਗੇ ਤਾਂ ਹਰ ਬੰਦੇ ਨੂੰ ਆਪਣੇ ਘਰ ਜਾਂ ਕਿਸੇ ਰਿਸ਼ਤੇਦਾਰ ਜਾਂ ਆਪਣੇ ਗਲੀ ਮੁਹੱਲੇ ਜਾਂ ਜਿਸ ਏਰੀਆ 'ਚ ਰਹਿੰਦਾ ਕਿਤੇ ਨਾ ਕਿਤੇ ਦੇਖਣ ਨੂੰ ਇਹ ਮਿਲਦੀ ਹੈ ਸਟੋਰੀ ਔਰ ਇਹ ਬੈਲੈਂਸਸ ਆਫ ਰਿਸ਼ਤੇ ਦੀ ਹੈ ਕਹਾਣੀ ਕਿ ਜਦੋਂ ਇੱਕ ਨਵਾਂ ਜੀ ਘਰ ਆ ਜਾਂਦਾ ਵਾਈਫ ਆ ਜਾਂਦੀ ਤਾਂ ਆਪਣੇ ਮਾਂ ਪਿਓ ਦੀ ਰਿਸਪੈਕਟ ਜਾਂ ਮਾਂ ਪਿਓ ਦੀ ਜਿਹੜੇ ਮੋਰਲ ਰਿਸਪੋਂਸੀਬਿਲਟੀ ਬੱਚਿਆਂ ਦੀ ਹੁੰਦੀ ਹੈ ਉਹ ਨਹੀਂ ਭੁੱਲਣੀ ਚਾਹੀਦੀ ਬੇਸਿਕਲੀ ਇਹ ਮਾਂ ਪਿਓ ਜਿਨ੍ਹਾਂ ਨੇ ਪਾਲ ਕੇ ਵੱਡਾ ਕੀਤਾ ਤੁਹਾਨੂੰ ਕੰਮ 'ਤੇ ਭੇਜਿਆ ਜਾਂ ਕੰਮ ਕਰਾਇਆ ਔਰ ਨਵੇਂ ਮੈਂਬਰ ਦੇ ਨਾਲ ਫਿਰ ਉਹ ਕਿਤੇ ਨਾ ਕਿਤੇ ਉਹ ਹਾਵੀ ਹੋਣ ਦੇ ਨਾਲ ਮਾਂ ਪਿਓ ਨੂੰ ਰਿਫਲੈਕਟ ਭੁੱਲ ਜਾਂਦੇ ਹੈਗੇ ਜਾਂ ਹਾਵੀ ਹੋ ਜਾਂਦਾ ਨਵੇਂ ਰਿਸ਼ਤੇ ਉਹ ਪੁਰਾਣੇ ਰਿਸ਼ਤੇ ਦੇ ਉੱਤੇ ਬਾਹਰ ਜਾਣਾ ਬਾਹਰਲੇ ਮੁਲਕ ਜਾਣਾ ਇਹ ਇੱਕ ਬਹੁਤ ਕਰੇਜ਼ ਬਣ ਚੁੱਕਾ ਹੈ ਯੂਥ ਦੇ ਵਿੱਚ ਅਤੇ ਜਿਸ ਤੋਂ ਬਾਅਦ ਜੋ ਕੁਝ ਹੁੰਦਾ ਅਸੀਂ ਫਿਲਮ ਦੇ ਜ਼ਰੀਏ ਵੀ ਦੇਖ ਰਹੇ ਹਾਂ ਅਤੇ ਅਸੀਂ ਆਪਣੇ ਸਮਾਜ ਦੇ ਵਿੱਚ ਵੀ ਦੇਖਦੇ ਹਾਂ ਬਿਲਕੁਲ ਠੀਕ ਹੈ ਕਿਉਂਕਿ ਬਾਹਰ ਜਾ ਕਿਉਂ ਰਹੇ ਹਾਂ ਕਿਉਂਕਿ ਇੱਥੇ ਰੁਜ਼ਗਾਰ ਨਹੀਂ ਹੈਗਾ ਇੰਡਸਟਰੀ ਨਹੀਂ ਹੈਗੀ ਔਰ ਕਿਤੇ ਨਾ ਕਿਤੇ ਜਿਹੜੇ ਵੀ ਹੁਣ ਆਪਣੇ ਹਰ ਮਾਂ ਪਿਓ ਆਪਣੇ ਬੱਚੇ ਨੂੰ ਚੰਗੀ ਲਾਈਫ ਦੇਣਾ ਚਾਹੁੰਦਾ ਕਿ ਅਸੀਂ ਤਾਂ ਪਿੰਡ 'ਚ ਰਹਿ ਕੇ ਗੁਜ਼ਾਰ ਲਿਆ ਸਾਡਾ ਬੱਚਾ ਵੱਡਾ ਹੋ ਕੇ ਮੈਂ ਆਪਣੇ ਆਪ ਆਪਣੇ ਪੈਰਾਂ 'ਤੇ ਖੜਾ ਹੋਵੇ ਬਟ ਆਪਣੇ ਪੰਜਾਬ 'ਚ ਉਨਾ ਰੁਜ਼ਗਾਰ ਨਹੀਂ ਹੈਗਾ ਜਿਹੜਾ ਕਿ ਉਹਨਾਂ ਨੂੰ ਫਿਰ ਉਹੀ ਖੇਤੀ ਦੇ ਲੱਗਦਾ ਉਹ ਖੇਤੀ ਵੀ ਅੱਜ ਫੈਮਲੀ ਦੇ ਲੈਂਡ ਹੋਲਡਿੰਗ ਸਾਈਜ਼ ਬਹੁਤ ਛੋਟਾ ਹੋ ਗਿਆ ਜਿਹੜੀ ਕਿ ਉਹਦੀ ਸਰਵਾਈਵਲ ਔਫ ਫੈਮਲੀ ਔਫ ਬੇਸਿਕ ਸਿਰਫ ਰੋਟੀ ਪਾਣੀ ਮੈਨੇਜ ਕਰ ਸਕਦਾ ਜੇ ਲਾਈਫ 'ਤੇ ਅਦਰ ਸਪੋਰਟਿਵ ਚੀਜ਼ਾਂ ਲੈਣੀਆਂ ਹੈਗੀਆਂ ਕਿਤੇ ਨਾ ਕਿਤੇ ਉਹਨੂੰ ਘਰੋਂ ਬਾਹਰ ਕਦਮ ਪੱਟਣਾ ਪੈਂਦਾ ਅਤੇ ਉਹ ਉਹਨੂੰ ਪੱਟਦਾ ਅਤੇ ਉੱਥੇ ਜਾ ਕੇ ਉਹ ਛੋਟੇ ਕੰਮ ਵੀ ਕਰਨੇ ਪੈਂਦੇ ਉਹ ਹੌਲੀ ਹੌਲੀ ਉਹ ਲਾਈਫ ਦਾ ਪੜਾਅ ਤੋਂ ਅੱਗੇ ਵਧਦੇ ਵਧਦੇ ਉਹ ਆਪਣੇ ਆਪ ਕਿਤੇ ਨਾ ਕਿਤੇ ਉੱਥੇ ਇਸਟੈਬਲਿਸ਼ ਹੋ ਹੀ ਜਾਂਦਾ 3-4-5 ਸਾਲ ਪਰ ਕਿਤੇ ਨਾ ਇਹ ਵੀ ਸਵਾਲ ਹੈ ਕਿ ਜਿੱਥੇ ਜਿਹੜਾ ਕਿ ਕਹਿੰਦੇ ਹੋ ਕਿ ਰੁਜ਼ਗਾਰ ਨਹੀਂ ਹੈਗਾ ਇਸ ਲਈ ਬਾਹਰ ਜਾਣਾ ਪੈਂਦਾ ਪਰ 30-40 ਲੱਖ ਲਾ ਕੇ ਬਾਹਰ ਜਾਂਦੇ ਨੇ ਇੱਥੇ ਕੋਈ 4-5 ਲੱਖ ਦਾ ਛੋਟਾ ਬਿਜ਼ਨਸ ਨਹੀਂ ਖੜਾ ਕਰਦੇ ਇਹ ਲੈਕ ਆਫ ਨੌਲੇਜ ਹੈ ਜਾਂ ਪਤਾ ਨਹੀਂ ਕਿ ਇਹ ਇੱਕ ਹਵਾ ਫੈਲੀ ਹੋਈ ਹੈ ਸਮਾਜ ਦੇ ਵਿੱਚ ਕਿ ਹਾਂ ਜਾਣਾ ਹੀ ਹੈ ਬਾਹਰ ਨਹੀਂ ਇੱਥੇ ਬਹੁਤ ਸਾਰੇ ਰੁਜ਼ਗਾਰ ਹੈਗੇ ਆ ਕਿਤੇ ਨਾ ਕਿਤੇ ਆਪਣੇ ਮੈਂ ਤਾਂ ਇਹੀ ਕਹੂੰਗਾ ਇੱਕ ਨੂੰ ਦੇਖ ਕੇ ਦੂਜਾ ਵਾਲਾ ਬੰਦਾ ਉਹਨੂੰ ਫੋਲੋ ਕਰਦਾ ਅਤੇ ਆਪਣੀ ਹੁਣ ਪ੍ਰਥਾ ਹੀ ਚੱਲਦੀ ਜਾ ਰਹੀ ਆ ਔਰ ਇਹ ਮੈਨੂੰ ਨਹੀਂ ਲੱਗਦਾ ਇਹ ਰੁਕਣ ਵਾਲੀ ਹੈ ਅਨਟਿਲ ਐਂਡ ਅਨਲੈਸ ਕੋਈ ਉੱਥੋਂ ਕੈਨੇਡੀਅਨ ਗੌਰਮੈਂਟ ਕੋਈ ਨੈਗੇਟਿਵ ਗੱਲ ਕਰੇ ਅਤੇ ਬਟ ਮੈਨੂੰ ਤਾਂ ਲੱਗਦਾ ਲੋਕਾਂ ਦਾ ਚਾਅ ਜਿੱਦਾਂ ਬਾਹਰ ਭੱਜਣ ਦਾ ਬਾਹਰ ਜਾਣ ਦਾ ਹੈਗਾ ਔਰ ਮਾਂ ਪਿਓ ਦਾ ਵੀ ਹੈਗਾ ਲਾਈਫ ਉੱਥੇ ਕੁਆਲਿਟੀ ਲਾਈਫ ਹੈ ਇੱਥੇ ਨਾਲੋਂ ਅਤੇ ਉਹ ਤਾਂ ਕਿਉਂਕਿ ਮਿਹਨਤ ਉੱਥੇ ਵੀ ਹੈ ਇੱਥੇ ਵੀ ਮਿਹਨਤ ਆ ਉਹ ਮਿਹਨਤ ਉੱਥੇ ਉਹ ਮਿਹਨਤ ਕਰਕੇ ਉਹਦਾ ਲਾਈਫ ਦੇ ਵਿੱਚ ਕੁਝ 4 ਚੀਜ਼ਾਂ ਬਣ ਜਾਂਦੀਆਂ ਇੱਥੇ ਮਿਹਨਤ ਕਰਕੇ ਉਹ ਕੰਪੀਟੀਸ਼ਨ ਇੰਨਾ
हर चीज़ के चाहे एग्रीकल्चर लै लो, चाहे जॉब से लै लो, चाहे बिजनेस से लै लो, चाहे वो 5-7 लाख की दुकान भी पाऊगा, तो कंपीटिशन बहुत है अपने पॉपुलेशन ज़्यादा होने करके कितने ना कि मैंने इदा लगता। सो दर्शकों की कहना चाहोगे इस फिल्म के रिलेटिड, सरदार एंड सन्स के रिलेटिड की चीज़ा हाईलाइट कर वाली है ये फिल्म, तो की चीज़ा ने जिड़िया सू फिल्म के जरिए कित सीखने मिलनगे? रियलिटी के नेड़े है और अपने रिश्तिया कि स्ट्रोंोंग मेनटेन रखना है, अपने माँ प्यो की कितना रिस्पैक्ट करनी, आप मंदिरों से जाते गुरुद्वार जाते मत्था टेकन जाते और माँ प्यो की रिस्पैक्ट नहीं करते, माँ प्यो की बच्चा जरा रिस्पैक्ट करता है जहाँ उन्होंने जोड़े उन्होंने लाइफ के दुख सुख के खड़ा होंगे, मैं लगता कि वो आप रब न लभन जाते तो रब ही माँ प्यो ही है, मैं तो यही कहूँगा। अनडाउटडली पंजाबी सिनेमा बहुत ज़्यादा तरक्की कर रहा है, फिल्म जितने हफ्ते च एक रिलीज़ होंगी सी, महीने च एक दो रिलीज़ होंगे सी, हुण हर हफ्ते फिल्म आती है, कई बार की होंगे एक हफ्ते च दो फिल्म लग जाए ने, एज अ डिस्ट्रीब्यूटर कोई प्रैशर रहा है? बिल्कुल रहा, शोज का रहा है क्योंकि उन्ने नंबर ऑफ शोज घट जाते हैं, बट अपना ओरिजिनल सिनेमा जो असी 10 साल पहले शुरू किया उदो सारे 30-35 थिएटर से हूँ 125-150 थिएटर अपनी ईस्ट पंजाब सर्किट के पंजाबी फिल्म जिते लगदी हैं वो हो गए हैं, तो और कितने ना कि बट हजे भी बहुत घट है क्योंकि जो तमिलनाडु देखो आंध्रा देखो जिते मोर दैन 1500 थिएटर उस स्टेट च है, उत्थे कोई ओरिजिनल फिल्म लगती है तो 1500 थिएटर च लगती, तो असी तो सिर्फ 100-125 थिएटर, कितने ना कि पॉपुलेशन फैक्टर भी है कि अपनी पॉपुलेशन स्टेट छोटी है वो स्टेट वड्डी है पॉपुलेशन ज़्यादा, तो कितने ना कि वो गॉड डिजाइन गॉड गिफ्टेड ही है इदा का है, और मैं लगता जो इतने 1500 बन जाए तो अब्जॉर्ब ना कर पाऊगी क्योंकि पॉपुलेशन नहीं हैगी ना उन्नी देखने वाली। थैंक यू सो मच, तो उम्मीद है 27 अक्टूबर को फिल्म को प्यार मिलेगा। थैंक यू सो मच। थैंक यू जी, थैंक यू वेरी मच।